ਪਰ ਖਾਲਸਾ ਵਾਜੀ ਫਤਿਹ ਪ੍ਰੋਗਰਾਮ ਮਨ ਕੀ ਬਾਤ ਪੰਜਾਬੀ ਟ੍ਰਿਬਿਊਨ ਦੇ ਬੇਸ ਇਸ ਤਰ੍ਹਾਂ ਸਰਕਾਰੀ ਜ਼ਮੀਨਾਂ ਛਡਾਉਣ ਖਿਲਾਫ ਵਿਭਾਗ ਦੀ ਕੋਠੀ ਘੇਰੀ ਕਬਜ਼ੇ ਚ ਲਈ ਜ਼ਮੀਨ ਵਾਪਸ ਕਰਨ ਅਤੇ ਵਾਹੀ ਫਸਲ ਦਾ ਮੁਆਵਜ਼ਾ ਮੰਗਿਆ। ਜਿਹੜੀ ਭਗਵੰਤ ਮਾਨ ਦੀ ਸਰਕਾਰ ਕਿਸਾਨਾਂ ਦੀ ਜ਼ਮੀਨਾਂ ਹੀ ਜ਼ਬਤ ਕਰੀ ਜਾਂਦੀ ਏ ਤੇ ਉਹਨਾਂ ਦੀ ਚੰਗੀ ਭਲੀ ਫਸਲ ਨੂੰ ਉਜਾੜੀ ਜਾਂਦੀ ਏ, ਇਹ ਸਰਕਾਰ ਮੋਦੀ ਦੀ ਚੇਲੀ ਏ। ਕੇਜਰੀਵਾਲ ਵੀ ਮੋਦੀ ਦਾ ਬੰਦਾ, ਉਧਰੋਂ ਸਾਰੇ RSS ਦੇ ਬੰਦੇ ਨੇ ਇਨਕਲੂਡਿੰਗ ਭਗਵੰਤ ਮਾਨ। ਇਹਦਾ ਸਿਰਫ ਦਾੜੀ ਮੁੱਛਾਂ ਨਾ ਵੇਖ ਛੱਡੋ, ਸਿਰ ਤੇ ਪੱਗ ਨਾ ਵੇਖੋ, ਅੰਦਰੋਂ ਬੰਦਾ ਬਰੂਤੀ ਆ, ਬਚ ਕੇ ਰਹੀਓ। ਗੁਰੂ ਘਰ ਚ ਪੱਥਰੀਆਂ ਕੱਢਣ ਦਾ ਦਿਖਾਵਾ ਕਰਨ ਵਾਲੇ ਬਾਬੇ ਖਿਲਾਫ ਰੋਸ, ਇਹ ਰੋਸ ਕਰਨ ਵਾਲਿਓ, ਰੋਸ ਕਰਨਾ ਕੱਖ ਨੀ ਬਣਨਾ। ਬਾਬੇ ਨੂੰ ਫੜੋ ਤੇ ਉਹਦਾ ਕੁਟਾਪਾ ਕਰ ਕਰਕੇ ਉਹਨਾਂ ਨੂੰ ਆਇਆ ਕਰ ਦਿਓ। ਤੁਸੀਂ ਇਹ ਆਸ ਨਾ ਰੱਖੋ ਜਸਦਾਰ ਕੇਸਗੜ੍ਹ ਸਾਹਿਬ ਬੜਾ ਮਸਲਾ ਕਰਨਗੇ। ਕੇਸਗੜ੍ਹ ਸਾਹਿਬ ਇਹ ਬਾਦਲਾਂ ਦੇ ਬੰਦੇ ਨੇ, ਇਹਨਾਂ ਨੇ ਬਾਦਲਾਂ ਦੀ ਬੋਲੀ ਬੋਲਣੀ ਏ, ਚਾਹੇ ਗਿਆਨੀ ਹਰਪ੍ਰੀਤ ਸਿੰਘ ਹੋਣ, ਚਾਹੇ ਕੇਸਗੜ੍ਹ ਜਸਾ ਹੋਣ, ਇਹਨਾਂ ਦੀ ਵੀ ਜਿੰਨੀ ਸਚਾਈ ਕਰ ਸਕਦੇ ਹੋ ਕਰਿਆ ਕਰੋ। ਇਹਨਾਂ ਦਾ ਐਸਾ ਕਰਾਵ ਕਰੋ ਜਸੇਦਾਰਾਂ ਦਾ, ਖਾਸ ਕਰਕੇ ਜਸੇਦਾਰ ਦਾ, ਇਹਦਾ ਘਰੋਂ ਨਿਕਲਣਾ ਬੰਦ ਕਰ ਦਿਓ। ਇਹ ਬੰਦਾ ਬੜਾ ਸਫੈਦਪੋਸ਼ ਬੰਦਾ, ਸਿਰਫ ਚੌਧਰ ਦਾ ਭੁੱਖਾ ਅੰਦਰੋਂ ਖੋਖਲਾ ਆਦਮੀ, ਮੇਰਾ ਇਹਦੇ ਨਾਲ ਬੜਾ ਨੇੜਿਓਂ ਵਾਹ ਪੈ ਚੁੱਕਾ ਹੈ। ਮੈਂ ਬੇਨਤੀ ਕਰਾਂਗਾ ਸੁਹਾਣੇ ਵਾਲੇ ਵੀਰ ਜੀ ਨੂੰ ਹੀ, ਕਿ ਮੈਂ ਵੱਡੇ ਵੀਰ ਜੀ ਨੂੰ ਕਹਿੰਦਾ ਹੁੰਦਾ ਸੀ ਬਾਈ ਜਸਵੀਰ ਖੰਨੇ ਵਾਲਿਆਂ ਨੂੰ, ਕਿ ਤੁਸੀਂ ਸਿੰਘ ਸਵਾਰ ਨੂੰ ਬਹੁਤਾ ਮੂੰਹ ਨਾਲ ਲਾਇਆ ਕਰੋ, ਕਿਉਂਕਿ ਬੰਦੇ ਅੰਦਰੋਂ ਡੁਪਲੀਕੇਟ ਹੁੰਦੇ ਨੇ ਅਤੇ ਬਾਦਲਾਂ ਦੇ ਬਿੱਠੇ ਹੁੰਦੇ ਨੇ। ਮੈਨੂੰ ਵੀਰ ਜੀ ਨੇ ਕਿਹਾ ਸੀ ਕਿ ਮੈਂ ਵਿਅਕਤੀਆਂ ਨੂੰ, ਤਖ਼ਤਾਂ ਨੂੰ ਸਮਰਪਿਤ ਹਾਂ, ਪਰ ਜਦੋਂ ਬਾਅਦ ਵਿਚ ਪ੍ਰੋਫੈਸਰ ਮਨਜੀਤ ਸਿੰਘ ਸਾਬਕਾ ਸਰਦਾਰ, ਕਾਦਰ ਸਾਹਿਬ ਗਲਤ ਸਾਹਿਬ ਤੋਂ, ਗਿਆਨੀ ਕੇਰ ਸਿੰਘ ਸਾਬਕਾ ਸਰਦਾਰ ਦੋਨੋਂ ਸਾਗਲ ਸਾਹਿਬ ਤੋਂ, ਵੀਰ ਜੀ ਨੇ ਕਿਹਾ ਕਿ ਸੁਰਜੀਤ ਸਿੰਘ ਦੀਆਂ ਗੱਲਾਂ ਠੀਕ ਸਨ ਤੇ ਆਪਾਂ ਉਹਨਾਂ ਨੂੰ ਮੂੰਹ ਨਹੀਂ ਲਾਉਣਾ, ਤੇ ਵੀਰ ਜੀ ਨੇ ਗੁਰਮੁਖ ਸਾਗਰ ਟਰੱਸਟ ਤੋਂ ਰਿਜ਼ਾਇਨ ਦੇ ਦਿੱਤਾ ਅਤੇ ਗਿਆਨੀ ਕੇਵਲ ਸਿੰਘ ਵੱਲੋਂ ਵੀ ਆਪਣਾ ਮੂੰਹ ਮੋੜ ਲਿਆ। ਤਾਂ ਜੀ ਵੇਖ ਲਓ, ਜਿਹਨਾਂ ਵੱਲੋਂ ਗੁਰਮੁਖ ਮੂੰਹ ਮੋੜ ਲੈਣ, ਅੱਜ ਉਹਨਾਂ ਦੀ ਇੱਜ਼ਤ ਕੋਡੀਓ ਖੱਟੇ ਰੁਲਦੀ ਪਈ ਏ। ਇਹ ਜਿਹੜਾ ਕੇਸਗੜ੍ਹ ਜਥੇਦਾਰ ਏ, ਇਹਨੇ ਵੀ ਰੁਲਣਾ ਤੇ ਹਰਪ੍ਰੀਤ ਨੇ ਵੀ ਰੁਲਣਾ। ਤੇ ਅਗਲੀ ਗੱਲ ਆ ਰਹੀ ਏ ਜੀ, ਮੋਗਾ ਦੇ ਵਿਗਿਆਨੀ ਦੇ ਨਾਂ ਤੇ ਡਾਕ ਟਿਕਟ ਜਾਰੀ, ਬੜੀ ਚੰਗੀ ਗੱਲ, ਵਧਾਈਆਂ ਹੋਣ। ਕਿਲ੍ਹਾ ਮੁਬਾਰਕ ਗੋਬਿੰਦ ਸਿੰਘ ਨੂੰ ਸਮਰਪਿਤ ਕਰਨ ਦੀ ਮੰਗ, ਰਜ਼ੀਆ ਸੁਲਤਾਨ ਨੂੰ ਸਮਰਪਿਤ ਇਤਿਹਾਸਕ ਕਿਲ੍ਹਾ ਸੰਦੀਪ ਅਗਰਵਾਲ। ਇਹ ਜਿਹੜਾ ਯੁਵਾ ਮੋਰਚਾ ਲੱਗ ਰਿਹਾ ਨਾ ਭਾਰਤੀ ਜਨਤਾ ਪਾਰਟੀ ਦਾ, ਤੇ ਪੂਰੀ ਆਇਆ ਸਰਦਾਰ, ਇਹ ਬਰੂਪੀ ਹੈਗਾ ਮੋਦੀ ਦਾ ਪਿੱਠੂ, ਇਹ ਮਿੱਠੇ ਬਣ ਕੇ ਨਾ ਲੱਗੇ ਨੇ ਸਿੱਖਾਂ ਨੂੰ ਆਪਣੇ ਨਾਲ ਕਰਨ, ਤੇ ਸਿੱਖ ਮੈਜੋਰਿਟੀ ਹੁੰਦੇ ਨੇ ਮੂਰਖ, ਇਮੋਸ਼ਨਲੀ ਬਲੈਕਮੇਲ ਹੋ ਜਾਂਦੇ ਨੇ। ਜੇ ਮੋਦੀ ਨੇ ਗੁਰਦੇਵ ਬਹਾਦਰ ਯਾਦ ਮਨਾ ਸੀ ਲਾਲ ਕਿਲ੍ਹੇ ਚ, ਤੇ ਮੇਰੀ ਵਾਈਫ ਸਮੇਤ ਲੋਕੀ ਗੁਣ ਗਾਣ ਲੱਗ ਪਏ, ਮੋਦੀ ਦੇ ਇਹ ਨੀ ਪਤਾ ਇਹ ਬੰਦਾ ਬਰੂਪੀ ਹੈ, ਇਹ ਤੁਹਾਨੂੰ ਇਮੋਸ਼ਨਲ ਬਲੈਕਮੇਲ ਕਰਕੇ ਤੁਹਾਨੂੰ ਲੁੱਟਣਾ ਚਾਹੁੰਦਾ, ਚਾਹੇ ਮੋਦੀ ਹੋਵੇ, ਚਾਹੇ ਬੁਰੀ ਹੋਵੇ, ਚਾਹੇ ਭਾਜਪਾ ਯੁਵਾ ਮੋਰਚਾ ਹੋਵੇ, ਇਹ ਮਹਾਨ ਕੁੱਤੇ ਨੇ, ਉਹ ਤੋਂ ਬਚ ਕੇ ਰਿਹਾ ਕਰੋ। ਮੈਂ ਵਾਈਫ ਨੂੰ ਤਾਂ ਸਮਝਾ ਲਿਆ, ਪਰ ਤੁਸੀਂ ਸਮਝ ਲਓ। ਤੋਂ ਅੱਗੇ ਆ ਗਿਆ ਜੀ, ਕਿਸਾਨ ਯੂਨੀਅਨ ਰਾਜੇਵਾਲ ਵੱਲੋਂ ਬੂਟੇ ਲਗਾਉਣ ਦੀ ਮੁਹਿੰਮ ਸ਼ੁਰੂ, ਬੜੀ ਚੰਗੀ ਗੱਲ ਏ, ਵਧਾਈਆਂ ਰਾਜੇਵਾਲ ਸਾਹਿਬ। ਅੱਗੇ ਆ ਗਿਆ ਜੀ, BSF ਨਾਲ 1.11 crore ਦੀ ਠੱਗੀ ਦਾ ਮਾਮਲਾ ਫਾਈਲਾਂ ਚ ਦੱਬਿਆ। ਕਿਉਂ ਦੱਬਿਆ? ਕਿਉਂਕਿ ਨਾ ਪੁੱਛੋ, ਸਰਕਾਰਾਂ ਸਾਰੀਆਂ ਇੱਕੋ ਜਿਹੀਆਂ ਨੇ, ਇਨਕਲੂਡਿੰਗ ਭਗਵੰਤ ਮਾਨ ਤੇ ਇਨਕਲੂਡਿੰਗ ਕੇਜਰੀਵਾਲ, ਸੁਹਾਨ ਖੋਤੇ ਨੇ ਸਾਰੇ। ਹਰ ਸ਼ਾਹ ਗੁਰੂ ਬੈਠਾ ਹੈ ਅੰਜਾਮੇ ਗੁਲਸਤਾਂ, ਕਿਆ ਹੋਗਾ? ਆਓ ਤੁਹਾਡਾ ਥੋੜਾ ਮਨੋਰੰਜਨ ਵੀ ਕਰ ਦਈਏ। ਮਿਸ਼ਨ ਸਿੰਡਰੇਲਾ ਰਾਹੀਂ ਬਾਲੀਵੁੱਡ ਚ ਪੈ ਤਰੇਗੀ ਸਰਗੁਣ ਮਹਿਤਾ। ਸਰਗੁਣ ਮਹਿਤਾ ਜਿਹੜੀ ਫਿਲਮ ਚ ਰੋਲ ਕਰਦੀ ਏ, ਜਾਨ ਬਾਜ਼ੀ ਮੈਂ ਕੱਲ ਰਿਵਾਇਸ ਦੀ ਫਿਲਮ ਵੇਖੀ ਏ, ਸਹੁਰਿਆਂ ਦਾ ਪਿੰਡ ਆ ਗਿਆ ਤੇ ਸੌਂਗਣ ਸੌਂਗਣ ਚ ਬੜਾ ਅੱਛਾ ਰੋਲ ਕੀਤਾ ਸੀ। ਤੇ ਮੇਰਾ ਖਿਆਲ ਹੈ ਬਾਲੀਵੁੱਡ ਜਦੋਂ ਫਿਲਮ ਕਰੇਗੀ ਉੱਥੇ ਵੀ ਇਹ ਬਹੁਤ ਹੀ ਅਸਮਾਨ ਛੂਏਗੀ ਅਤੇ ਲੋਕਾਂ ਦਾ ਦਿਲ ਜਿੱਤਰੇਗੀ। ਕੁੜੀਏ, ਮੇਰੇ ਵੱਲੋਂ ਸਾਰੇ ਸੰਸਾਰ ਵੱਲੋਂ ਤੈਨੂੰ ਵਧਾਈਆਂ ਤੇ ਸਾਡੀਆਂ ਸ਼ੁਭਕਾਮਨਾਵਾਂ ਤੇਰੇ ਨਾਲ ਨੇ ਬੇਟਾ ਜੀ। ਐਕਸ਼ਨ ਹੀਰੋ ਵਜੋਂ ਮਕਬੂਲ ਹੋਣ ਤੇ ਖੁਸ਼ ਹੈ ਵਿਦਯੁਤ ਜਾਮਵਾਲ, ਭਾਈ ਸ਼ਾਹ ਮੁੰਡਿਆ ਬਹੁਤ ਸੋਹਣੇ ਰੋਲ ਕਰਦਾ ਪਿਆ, ਆਈ ਸਲੂਟ ਯੂ। ਅੱਗੇ ਆ ਗਿਆ ਜੀ, ਆਲੀਆ ਦੀ ਪਹਿਲੀ ਹਾਲੀਵੁੱਡ ਫਿਲਮ ਦੀ ਸ਼ੂਟਿੰਗ ਮੁਕੰਮਲ। ਆਲੀਆ ਭੱਟ ਦੀ ਮੈਂ ਫਿਲਮ ਵੇਖੀ ਏ, ਮੁੰਨੀ ਗੰਗੂਬਾਈ ਕਾਠਿਆਵਾੜੀ, ਮੈਂ ਕਹਿੰਦਾ ਕੁੜੀ ਨੇ ਕਮਾਲ ਕਰਤੀ ਏ। ਤੇ ਜਿਹੜੀ ਕੁੜੀ ਇੰਡੀਅਨ ਮੂਵੀ ਚ ਕਮਾਲ ਕਰ ਸਕਦੀ, ਹਾਲੀਵੁੱਡ ਚ ਉਸਦੀ ਕਮਾਲ ਕਰੇਗੀ। ਸੋ ਆਲੀਆ ਭੱਟ ਜੀ, ਆਈ ਸਲੂਟ ਯੂ, ਸਲੂਟ ਯੂ, ਸਲੂਟ ਯੂ। ਤੇ